ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਕਿ ਇਹ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜਿਹਦੀ ਉਮਰ ਕਰੀਬ 65 ਸਾਲ ਹੈ, ਉਹਦੀ ਡੈੱਡ ਬੋਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈਗਾ। ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਉਹਦੇ ਫਸਟ ਪਹਿਲਾਂ ਮੁਲਾਇਜ਼ਾ ਕੀਤਾ ਸੀ ਬੋਡੀ ਦਾ, ਤਾਂ ਸਾਨੂੰ ਉਹ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ, ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ ਉੱਥੇ ਖਿਲਰਾ ਹੋਇਆ ਸੀ। ਇਹ ਬਜ਼ੁਰਗ ਚਰਨਜੀਤ ਸਿੰਘ ਹੈ, ਸੁਲਤਾਨਪੁਰ ਦਲੋਦੀ ਦਾ ਰਹਿਣ ਵਾਲਾ ਹੈ। ਇਹਦੀ ਇੱਕ ਸ਼ੋਪ ਹੈ ਜਿਹੜਾ ਸ਼ੋਪ ਚਲਾਉਂਦਾ ਹੈ, ਇਹਦੀ ਕੁੜੀ ਵੀ ਹੈ, ਇਕੱਲੇ ਹੀ ਰਹਿੰਦਾ ਹੈ ਔਰ ਸਮਾਜਿਕ ਹੈ, ਲੋਕਾਂ ਦੇ ਵਿੱਚ ਆਉਂਦਾ ਜਾਂਦਾ ਵੀ ਹੈ, ਇਹਦੇ ਰਿਲੇਸ਼ਨਸ ਮੇ ਇਹਦੇ ਭਰਾ ਵੀ ਹੈ ਜੋ ਉੱਥੇ ਹੀ ਲੋਕਲੀ ਰਹਿੰਦੇ ਹੈ। ਪਰ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜਦ ਤੁਸੀਂ ਮੌਕੇ 'ਤੇ ਜਾਓਗੇ ਤਾਂ ਕੋਈ ਇੱਦਾਂ ਕਲੂ ਨਹੀਂ ਸੀ, ਕਿਉਂਕਿ ਤੁਹਾਡਾ ਕੁੰਡਾ ਜਿਹੜਾ ਹੈਗਾ ਘਰ ਦਾ ਨਾ ਉਹ ਬਾਹਰੋਂ ਬੰਦ ਸੀ, ਤਾਂ ਇੱਦਾਂ ਦੇਖ ਕੇ ਲੱਗਦਾ ਸੀ ਕਿ ਨਹੀਂ ਬੰਦਾ ਦਾਖਲ ਕੈਸੇ ਹੋ ਸਕਦਾ, ਕਿਉਂਕਿ ਘਰ ਦੇ ਵਿੱਚ ਨਾ ਐਂਟਰੀ 'ਚ ਕੋਈ ਔਰ ਰਾਸਤੇ ਨਹੀਂ, ਇੱਕੋ ਹੀ ਰਸਤਾ ਸੀ। ਸੋ ਸਾਡੀ ਟੈਕਨੀਕਲ ਟੀਮ, CIA ਟੀਮ, ਸੁਲਤਾਨਪੁਰ ਲੋਧੀ ਦੀ ਟੀਮ ਨੇ ਨਾ ਬੜੀ ਮਿਹਨਤ ਨਾਲ ਮਤਲਬ ਡੰਬ ਡੇਟਾ, CCTV ਕੈਮਰਾ ਫੁਟੇਜ ਔਰ ਹਿਊਮਨ ਇੰਟੈਲੀਜੈਂਸ ਤੋਂ ਇਹ ਕੇਸ ਟਰੇਸ ਕੀਤਾ ਹੈ। ਤੁਹਾਡੀ ਜਾਣਕਾਰੀ ਵਾਸਤੇ, ਚਰਨਜੀਤ ਦੀ ਨਾ ਇੱਕ ਲੇਡੀ ਰੀਟਾ ਜਿਹੜਾ ਨਾਮ ਹੈ, ਜੋ ਜਲੰਧਰ ਦੀ ਰਹਿਣ ਵਾਲੀ ਹੈ, ਉਹਦੇ ਨਾਲ ਰਿਲੇਸ਼ਨਸ ਹੈ, ਉਹਨਾਂ ਦਾ ਰਿਲੇਸ਼ਨ ਹੈ। ਰੀਟਾ ਦੇ ਦੋ ਮੁੰਡੇ ਹੈ, ਜਿਹੜਾ ਅਮਿਤ ਸ਼ਾਰਦਾ ਹੈਗਾ ਪਹਿਲਾ ਔਰ ਮੋਹਿਤ ਸ਼ਾਰਦਾ, ਇਹਨਾਂ ਦੀ ਉਮਰ 30 ਔਰ 25 ਸਾਲ ਦੇ ਆਸ ਪਾਸ ਹੈ। ਇਹ ਦੋਨੋਂ ਮੁੰਡੇ ਵੀ ਉਹਦੇ ਨਾਲ ਕਾਫੀ ਮਤਲਬ ਇਹਨਾਂ ਦੀ ਵਾਕਫੀਅਤ ਸੀ, ਵਾਕਫੀਅਤ ਇਤਨੀ ਹੈ ਕਿ ਇਹ ਇਹਨਾਂ ਦੇ ਘਰ ਜਾ ਕੇ ਚਰਨਜੀਤ ਦੇ ਘਰ ਉੱਥੇ ਹੀ ਰਹਿੰਦੇ ਸੀ, ਕਦੋਂ ਕਦੇ ਕਿ ਰਾਤ ਮੈਂ ਆ ਗਏ, ਰਹਿ ਗਏ, ਫਿਰ ਸਵੇਰੇ ਚਲੇ ਗਏ। ਪਿੱਛੇ ਚਰਨਜੀਤ ਨੇ ਆਪਣੀ ਕੁਛ ਪ੍ਰੋਪਰਟੀ ਸੋਲਡ ਕੀਤੀ ਸੀ, ਤਾਂ ਦੇ ਵਰ ਅਵੇਅਰ ਕਿ ਜੀ ਇਹਦੇ ਕੋਲ ਨਾ ਕੁਛ ਕੈਸ਼ ਪਿਆ ਹੋਇਆ ਹੈ ਐਂਡ ਇਸਕੀ ਪ੍ਰੋਪਰਟੀ ਹੈ ਔਰ ਵਾਰਿਸ ਕੋਈ ਐਸ ਪਰ ਨਾ ਉਹ ਹੈ ਨਹੀਂ, ਤਾਂ ਇਹਨਾਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਨਾ ਇਹ ਕੌਨਸਪਰੇਸੀ ਕਰ ਲਈ ਉਹਦੇ ਖਿਲਾਫ਼। ਉਹਦੇ ਘਰ ਰਾਤੀ ਗਏ ਹੈ, ਜਾ ਕੇ ਉੱਥੇ ਹੀ ਠਹਿਰੇ ਹੈ ਔਰ ਜਦੋਂ ਇਹ ਸੋ ਗਿਆ ਹੈ, ਜਦ ਇਹ ਸੋ ਗਿਆ ਹੈ ਫਿਰ ਰਾਤ ਹੀ ਉੱਠ ਕੇ ਤੇਜ਼ਦਾਰ ਹਥਿਆਰ ਨਾਲ ਉਹਦਾ ਕਤਲ ਕਰ। ਕਿੰਨੇ ਰਿਕਵਰੀ ਕਿੰਨੀ ਹੋਈ? ਰਿਕਵਰੀ ਇੱਥੇ ਸਾਡੇ ਕੋਲ 25,75,000 ਰੁਪਏ, 22,75,000 ਰੁਪਇਆ ਰਿਕਵਰ ਕੀਤਾ ਹੈ ਅਸੀਂ। ਔਰ ਤੁਸੀਂ ਦੇਖ ਵੀ ਸਕਦੇ ਹੋ ਕੁਛ ਹੋਰ ਸਮਾਨ ਵੀ ਹੈ ਜੋ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ, ਜਿਹਨੂੰ ਤਫਤੀਸ਼ ਕੇ ਦੌਰਾਨ ਫਿਰ ਅਸੀਂ ਰਿਕਵਰ ਕਰਾਂਗੇ, ਜੋ ਇਹਨਾਂ ਨੇ ਆਪਣੇ ਔਰ ਵੀ ਖਰਚ ਕੀਤੇ ਹੈ ਪੈਸੇ। ਮੈਡਮ, ਜਿਹੜਾ ਕਤਲ ਕੀਤਾ ਕਿਸ ਹਥਿਆਰ ਦੇ ਨਾਲ ਕੀਤਾ ਗਿਆ ਸੀ? ਤੇਜ਼ਦਾਰ ਹਥਿਆਰ ਸਾਡੇ ਮੌਕੇ 'ਤੇ ਤਾਂ ਇੱਕ ਘਰ ਦਾ ਤੁਸੀਂ ਦੇਖ ਸਕਦੇ ਹੋ, ਰੋਟੀ ਬਣਾਉਣ ਵਾਲਾ ਇੱਕ ਤਵਾ ਹੁੰਦਾ ਹੈ, ਉਹ ਤਵੇ ਦੇ ਨਾਲ ਇਹਨਾਂ ਨੇ ਸਿਰ 'ਤੇ ਵਾਰ ਕੀਤਾ ਸੀ। ਔਰ ਗਾਡੀ ਵੀ ਇੱਕ i20 ਇਹਨਾਂ ਦੇ ਕੋਲ ਹੈਗੀ, ਜਿਸ ਗਾਡੀ ਦੇ ਵਿੱਚ ਇਹ ਲੈ ਕੇ ਗਏ ਹੈ ਪੈਸਾ, ਬੈਗ ਔਰ ਕੁਛ ਸੋਨਾ ਚਾਂਦੀ ਵੀ ਹੈ, ਜਿਹੜਾ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਹੈ। ਇਹਦੇ ਵਿੱਚ ਇਹ ਜਿਹੜੀ ਤੁਹਾਡੇ ਕੋਲ ਰਾਸ਼ੀ ਰਿਕਵਰ ਹੋਈ ਹੈ, ਇਹ ਇੰਨੀ ਸੀ ਕਿ ਲੁੱਟ ਜ਼ਿਆਦਾ ਦੀ ਹੋਈ ਔਰ ਰਿਕਵਰ ਥੋੜ੍ਹੀ ਹੋਈ ਔਰ ਜਾਂ ਪ੍ਰੋਪਰਟੀ ਕਿੰਨੇ ਦੀ ਵਿਕੀ ਸੀ? ਜੋ ਹੁਣ ਤੱਕ ਹੀ ਸਾਡੀ ਪੜਤਾਲ ਕੇ ਦੌਰਾਨ ਜੋ ਪਤਾ ਲੱਗਾ ਹੈ, ਜੋ ਅਸੀਂ ਹੁਣ ਤੱਕ ਤਫਤੀਸ਼ ਕੀਤੀ ਹੈ, ਉਹਦੇ ਬਾਰੇ ਇਹ ਪਤਾ ਲੱਗਿਆ ਹੈ ਇਹਨਾਂ ਦੀ ਇੰਟਰੋਗੇਸ਼ਨ ਬਾਅਦ ਕਿ ਪੈਸਾ ਕੁਛ ਹੋਰ ਵੀ ਤਾ, ਕੁਛ ਪੈਸਾ ਇਹਨਾਂ ਨੇ ਨਸ਼ਾ ਵਾਸਤੇ ਵੀ ਰੱਖਿਆ, ਖਰਚ ਕੀਤਾ ਹੈ ਔਰ ਕਰੀਬ 1.5 ਲੱਖ ਦਾ ਇਹਨਾਂ ਨੇ ਜੂਆ ਖੇਲਿਆ। ਟੈਂਟੇਟਿਵ ਅਮਾਊਂਟ ਕੋਈ ਅਭੀ ਹੈ ਨਹੀਂ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਘਰ ਦੇ ਵਿੱਚ ਕਿੰਨਾ ਪੈਸਾ ਸੀ, ਹੈ ਨਾ। ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ, ਤਾਂ ਅਭੀ ਇੰਟਰੋਗੇਸ਼ਨ ਦੌਰਾਨ ਹੀ ਇਹ ਦੱਸਣਗੇ ਕਿ ਕਿੰਨਾ ਪੈਸਾ ਇਹਨਾਂ ਨੇ ਟੋਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ। ਨਸ਼ਾ ਵੀ ਕਰਦੇ ਮੈਡਮ ਮੇਰੇ 'ਚ ਜਿਹੜੀ ਰੀਟਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ, ਉਹਨੂੰ FIR 'ਚ ਰੱਖਿਆ ਗਿਆ? ਅਜੇ ਤੱਕ ਅਸੀਂ ਨਾ ਵੈਰੀਫਾਈ ਕਰ ਰਹੇ ਹਾਂ, ਅਭੀ ਇਹ ਨਹੀਂ ਕਹਿ ਸਕਦੀ ਉਹਦੀ ਇਨਵੋਲਵਮੈਂਟ ਹੈ ਜਾਂ ਨਹੀਂ ਹੈ, ਬਟ ਡਿਊਰਿੰਗ ਇਨਵੈਸਟੀਗੇਸ਼ਨ ਅਗਰ ਆਏਗੀ ਤਾਂ ਫਿਰ ਨਾਮ ਦਰਜ ਕੀਤਾ ਜਾਵੇਗਾ।
ਕਤਲ ਦੇ ਵਿੱਚ ਦੋ ਜਣੇ ਜਾਂ ਹੋਰ ਕਿਸੇ ਦੀ ਨਹੀਂ ਅਜੇ ਤੱਕ ਤਾਂ ਫਿਲਹਾਲ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੇ ਬੰਦੇ ਹੈ ਉਹ ਦੋ ਹੀ ਸਾਹਮਣੇ ਆਏ ਹੈ ਬਾਕੀ ਅਗਰ ਫਰਦਰ ਇਨਵੈਸਟੀਗੇਸ਼ਨ ਕੇ ਦੌਰਾਨ ਕੋਈ ਸਾਹਮਣੇ ਆਉਂਦਾ ਹੈ ਤਾਂ ਉਹਨੂੰ ਵੀ ਨਾਮਜ਼ਦ ਕਿਹੜੀ ਦੇ ਥਰੂ ਪਰਚਾ ਦਰਜ ਕੀਤਾ ਗਿਆ ਇਹ ਬੜਾ ਵਧੀਆ ਕੁਐਸਚਨ ਤੁਸੀਂ ਪੁੱਛ ਰਹੇ ਹੋ ਹੈ ਨਾ ਕਿਉਂਕਿ ਇਹ ਕੇਸ ਸਾਡਾ ਨਾ 1 ਜੁਲਾਈ ਤੋਂ ਪਹਿਲਾਂ ਦਰਜ ਹੋਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਨਾ ਪੂਰਾ ਕਾ ਪੂਰਾ ਜਿਹੜਾ ਲਾਅ ਹੈ ਆਈ ਪੀ ਸੀ ਸੀ ਆਰ ਪੀ ਸੀ ਔਰ ਇੰਡੀਅਨ ਐਵੀਡੈਂਸ ਐਕਟ ਉਹਨੂੰ ਨਵਾਂ ਨਾਮ ਦਿੱਤਾ ਗਿਆ ਹੈ ਔਰ ਨਵੇਂ ਸੈਕਸ਼ਨ ਆਏ ਲੇਕਿਨ ਐਜ਼ ਪਰ ਨਿਯਮ ਕਾਨੂੰਨ ਜੇਕਰ ਤੁਹਾਡੀ ਦਰਖਾਸਤ ਸਾਡੇ ਕੋਲ 1 ਜੁਲਾਈ ਤੋਂ ਪਹਿਲਾਂ ਆਈ ਹੋਈ ਹੈ ਤਾਂ ਪਰਚਾ ਔਰ ਕਾਰਵਾਈ ਉਸੀ ਸੈਕਸ਼ਨ ਦੇ ਤਹਿਤ ਹੋਗਾ ਜਿਹੜੀ ਆਈ ਪੀ ਸੀ ਕੀ ਲੱਗਦੀ ਸੀ 1 ਤਰੀਕ ਤੋਂ ਪਹਿਲਾਂ ਨਹੀਂ ਨਵੀਂ ਧਾਰਾ ਦੇ ਤਹਿਤ ਨਹੀਂ ਹੋਇਆ ਹੈ ਕਿਉਂਕਿ ਇਸ ਮੁਕੱਦਮਾ ਜਿਹੜਾ ਹੈਗਾ ਉਹ 29 ਤਾਰੀਖ ਦਾ ਹੈ ਜੇਕਰ 1 ਜੁਲਾਈ ਕੇ ਬਾਅਦ ਆਉਂਦਾ ਫਿਰ ਨਵੀਂ ਸੈਕਸ਼ਨ ਦੇ ਵਿੱਚ ਪਰਚਾ ਆਉਂਦਾ ਲੇਕਿਨ ਕਿਉਂਕਿ 1 ਜੁਲਾਈ ਕੇ ਪਹਿਲੇ ਸਪੋਜ਼ ਇਹ ਵੀ ਮੈਂ ਲੋਕਾਂ ਸੇ ਕਹਿ ਰਹੀ ਹੂੰ ਕਿ ਕਈ ਵਾਰੀ ਨਾ ਲੋਕਾਂ ਦੇ ਮਨ ਦੇ ਵਿੱਚ ਘਬਰਾਹਟ ਹੈ ਕਿ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਸਾਡੀ ਕਾਰਵਾਈ ਪੂਰੀ ਹੋਈ ਕਿ ਨਹੀਂ ਹੋਈ ਕਿਉਂਕਿ 50 ਸਾਲੋਂ ਸੇ 100 ਸਾਲੋਂ ਸੇ ਲੋਕਾਂ ਨੂੰ ਪਤਾ ਹੈ ਕਿ ਜੀ 302 ਕੀ ਧਾਰਾ ਮਰਡਰ ਕੀ ਹੁੰਦੀ ਹੈ ਨਾ ਹੁਣ ਸੈਕਸ਼ਨ ਨਵਾਂ ਚੇਂਜ ਹੋ ਗਏ ਹੈ ਇੱਦਾਂ ਹੀ ਪ੍ਰੀਵੈਂਟਿਵ ਕਾਰਵਾਈ ਤੁਸੀਂ ਕਹਿੰਦੇ ਹੋ ਜੀ 750 ਕਰਦੇ ਹੋ 110 ਕਾ ਕਲੰਦਰਾ ਬਣਾ ਦਿਓ ਤਾਂ ਨਵੇਂ ਸੈਕਸ਼ਨਸ ਆ ਗਏ ਉਹਨਾਂ ਦਾ ਨੰਬਰ ਚੇਂਜ ਹੋ ਗਿਆ ਹੈ ਤਾਂ ਇਸ ਕਰਕੇ ਲੋਕਾਂ ਦੇ ਵਿੱਚ ਨਾ ਲੋਕਾਂ ਦੇ ਵਿੱਚ ਇੱਕ ਉਹ ਹੈ ਬਹਿ ਕੀ ਭਾਵਨਾ ਤਾਂ ਨਹੀਂ ਹੋਣੀ ਚਾਹੀਏ ਕਿਉਂਕਿ ਬਈ ਅਸੀਂ ਇਨਫੈਕਟ ਜਿਹੜੇ ਨਵੇਂ ਨਿਯਮ ਕਾਨੂੰਨ ਆਏ ਉਹਦੇ ਤੋਂ ਨਾ ਜੋ ਪ੍ਰੋਸੀਜਰ ਹੈ ਉਹ ਔਰ ਟਰਾਂਸਪੇਰੈਂਟ ਹੋ ਗਿਆ ਹੈ ਇਟ ਇਜ਼ ਪ੍ਰੋ ਮਤਲਬ ਪ੍ਰੋ ਤੁਸੀਂ ਕਹਿ ਸਕਦੇ ਹੋ ਕੰਪਲੇਨੈਂਟ ਕਹਿੰਦ ਮਤਲਬ ਕਿ ਨੰਬਰਿੰਗ ਚੇਂਜ ਹੋਈ ਹੈ ਬਾਕੀ ਕਾਨੂੰਨ ਹੋ ਗਿਆ ਨੰਬਰ ਚੇਂਜਿੰਗ ਹੋਈ ਹੈ ਥੋੜਾ ਬਹੁਤ ਪ੍ਰੋਸੀਜਰ ਚੇਂਜ ਹੋਇਆ ਲੇਕਿਨ ਅਗੇਨ ਉਹ ਨਾ ਵਿਕਟਿਮ ਔਰ ਫਰੈਂਡਲੀ ਹੈ ਕੰਪਲੇਨੈਂਟ ਫਰੈਂਡਲੀ ਹੈ ਇੱਦਾਂ ਨਹੀਂ ਹੈ ਕਿ ਕੋਈ ਥੋੜਾ ਸਾ ਪੁਲਿਸ ਜੋ ਏਜੰਸੀਜ਼ ਹੈ ਉਹਨਾਂ ਨੂੰ ਉਹਨਾਂ ਦੀ ਪਾਵਰ ਵੀ ਵਧਾਈ ਗਈ ਹੈ ਕਈ ਧਾਰਾਵਾਂ ਦੇ ਅੰਦਰ ਨਾ ਪੁਲਿਸ ਕੋ ਜਿਹੜੀ ਪਾਵਰ ਹੈ ਉਹਨਾਂ ਦੇ ਵਿੱਚ ਨਾ ਉਹਨਾਂ ਨੇ ਇਜ਼ਾਫਾ ਕੀਤਾ ਹੋਇਆ ਪੁਲਿਸ ਕੋ ਪਾਵਰ ਵਧ ਗਈ ਹੈ ਜਿੱਦਾਂ ਕਿ ਕੁਛ ਸਪੈਸ਼ਲ ਪ੍ਰੋਵੀਜ਼ਨਸ ਹੈ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਕੇਸ ਹੈਗੇ ਜਿਹਨਾਂ ਦੇ ਵਿੱਚ ਕਹਿ ਲਓ ਕਿ ਚੇਂਜਸ ਆਈਏ ਕਾਨੂੰਨ ਦੇ ਵਿੱਚ ਤਾਂ ਪਹਿਲੀ ਸਭ ਤੋਂ ਇੰਪੋਰਟੈਂਟ ਗੱਲ ਤੋਂ ਜਿਹੜੀ ਐਜ਼ ਆਫ ਨਾਓ ਲੋਕਲ ਸਪੈਸ਼ਲ ਲਾਅਜ਼ ਹੈ ਜਿਹੜੇ ਉਹ ਲੋਕਲ ਸਪੈਸ਼ਲ ਲਾਅ ਸੇਮ ਹੈ ਸਪੋਜ਼ ਐਨ ਡੀ ਪੀ ਐਸ ਐਕਟ ਹੈ ਸਾਡਾ ਉਹਦੇ ਵਿੱਚ ਨਾ ਸੀਜ਼ਰ ਐਂਡ ਸਰਚ ਦਾ ਪ੍ਰੋਸੀਜਰ ਪ੍ਰਿਸਕ੍ਰਾਈਬਡ ਹੈ ਤਾਂ ਉੱਥੇ ਸਾਨੂੰ ਨਾ ਕੋਈ ਨਵਾਂ ਜੋ ਨਿਯਮ ਕਾਨੂੰਨ ਦੀ ਕੋਈ ਧਾਰਾ ਜਾਂ ਕੁਛ ਇੰਪਲੀਮੈਂਟ ਕਰਨ ਦੀ ਲੋੜ ਨਹੀਂ ਹੈ ਲੇਕਿਨ ਸਪੋਜ਼ ਇੱਕ ਜਿਹੜੇ ਆਉਂਦੇ ਨੇ ਘਰ ਦੇ ਇੱਕ ਵਿਸ਼ਵਾਸ ਬਣਾਇਆ ਕਦੀ ਇਹੋ ਜਿਹੀ ਵਾਰਦਾਤ ਅੰਜਾਮ ਦੇ ਸਕਦੇ ਹਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਇੱਕ ਬੰਦਾ ਆਪਣੇ ਨਾ ਅੱਖਾਂ 'ਤੇ ਪੱਟੀ ਪਾ ਦੇਵੇ ਹੈ ਨਾ ਕਿ ਆਪਾਂ ਸੀਨ ਉੱਧਰ ਜਾ ਨਹੀਂ ਸਕਦੇ ਹੈਗੇ ਹੈ ਨਾ ਬਸ ਇਹ ਸੀਗਾ ਕਿ ਮੈਂ ਮਤਲਬ ਕਿ ਕਦੀ ਸੋਚਿਆ ਨਹੀਂ ਸੀ ਕਿ ਜਿਹੜੇ ਬੰਦੇ ਹੈ ਵੀ ਇੱਦਾਂ ਦਾ ਕੰਮ ਵੀ ਕਰ ਸਕਦੇ ਹੈ ਹੁਣ ਅੱਜ ਇਹ ਘਟਨਾ ਵਾਪਰ ਗਈ ਤੁਹਾਡੇ ਫਾਦਰ ਤੁਹਾਡੇ ਵਿੱਚ ਨਹੀਂ ਰਹੇ ਤਾਂ ਜਿਹੜੀ ਪੁਲਿਸ ਨੇ ਐਕਟੀਵਿਟੀ ਕੀਤੀ ਹੈ ਕੋਈ ਹੋਰ ਵੀ ਉਹਨਾਂ ਤੋਂ ਮੰਗ ਹੈਗੀ ਹੈ ਪੁਲਿਸ ਤੋਂ ਬਸ ਸਰ ਮੰਗ ਤਾਂ ਇਹੀ ਹੈ ਕਿ ਜੋ ਇਹਦੇ ਵਿੱਚ ਹੋਰ ਵੀ ਕੋਈ ਸ਼ਾਮਿਲ ਹੈਗਾ ਬਸ ਸਜ਼ਾ ਸਖ਼ਤ ਤੋਂ ਸਖ਼ਤ ਇੰਨੀ ਸਖ਼ਤ ਮਿਲੇ ਨਾ ਕਿ ਇਹਨਾਂ ਨੂੰ ਪਤਾ ਲੱਗੇ ਵੀ ਕਿੱਦਾਂ ਤੁਸੀਂ ਕਿਸੇ ਇਨਸਾਨ ਦੀ ਜਾਨ ਲੈ ਰਹੇ ਹੈਗੇ ਹੋ ਇਹਨਾਂ ਨੂੰ ਅਹਿਸਾਸ ਪਵੇ ਇਹਨਾਂ ਦੀ ਰੂਹ ਤਾਂ ਕੰਬੇ ਤੁਹਾਡੇ ਬ੍ਰਦਰ ਸੀਗੇ ਜੀ ਹਾਂਜੀ ਮੇਰਾ ਬ੍ਰਦਰ ਲਾ ਸੀ ਅਤੇ ਘਰ 'ਚ ਅਕੇਲੇ ਰਹਿੰਦੇ ਸੀ ਕਿਹੋ ਜਿਹਾ ਉਹਨਾਂ ਦਾ ਜੀਵਨ ਯਾਪਨ ਸੀ ਕਿ ਬਹੁਤ ਵਧੀਆ ਬਹੁਤ ਕੀ ਕੰਮ ਕਰਦੇ ਸੀ ਕਿਸ ਤਰ੍ਹਾਂ ਦਾ ਬਹੁਤ ਅੱਛਾ ਸੀ ਵੈਰੀ ਸੌਫਟ ਸਪੋਕਨ ਕਿਸੇ ਨਾਲ ਕੋਈ ਵੱਧ ਘੱਟ ਨਹੀਂ ਲੈਣ ਦੇਣ ਦੀ ਕੋਈ ਐਸੀ ਗੱਲ ਨਹੀਂ ਨਾ ਕਦੀ ਵੀ ਸੁਣੀ ਨਹੀਂ ਪਰਿਵਾਰ 'ਚ ਇਕੱਲੇ ਰਹਿੰਦੇ ਨਹੀਂ ਅਸਲੇ ਇਕੱਲੇ ਸੀ ਹੁਣ ਇਹ ਬਾਹਰ ਚਲੀ ਗਈ ਮਿਸਿਜ ਦੀ ਡੈਥ ਹੋ ਗਈ ਅਤੇ ਇਕੱਲੇ ਰਹਿੰਦੇ ਸੀ ਹੁਣ ਅਸੀਂ ਕਹਿੰਦੇ ਕਿ ਸਾਡੇ ਲਾ ਜਾ ਸਾਡੇ ਲਾ ਜਾ ਕਦੀ 11 ਵਜੇ ਆ ਗਿਆ ਕਦੀ 12 ਵਜੇ ਆ ਗਿਆ ਆਪਣੇ ਕੰਮ 'ਚ ਮਸਰੂਫ ਸੀ ਬਹੁਤ ਵਧੀਆ ਅਤੇ ਇਹ ਕਹਿੰਦੇ ਨੇ ਕੋਈ ਉਹਨਾਂ ਨੇ ਪ੍ਰਾਪਰਟੀ ਵੇਚੀ ਔਰ ਲਾਲਚ ਉਹਨਾਂ ਲੋਕਾਂ ਨੂੰ ਪਿਆ ਨਹੀਂ ਨਥਿੰਗ ਲਾਈਕ ਹੈ ਵੀ ਜੇ ਰੈਂਸਮ ਮੰਗਦੇ ਹੋਣਗੇ ਸਾਨੂੰ ਉਹਨਾਂ ਨੇ ਦਿੱਤਾ ਨਹੀਂ ਦਿੱਤਾ ਸਾਨੂੰ ਤੁਹਾਨੂੰ ਕਦੀ ਲੱਗਿਆ ਕਿ ਇਹ ਲੋਕ ਖਤਰਨਾਕ ਹੋ ਸਕਦੇ ਨੇ ਜਿੱਦਾਂ ਤੁਸੀਂ ਸਾਡੇ ਕਦੀ ਜਾਣ ਪਛਾਣ 'ਚ ਕੁਛ ਨਹੀਂ ਨੋ ਨੈਵਰ ਅੱਛਾ ਅੱਜ ਦਿਨ ਤੱਕ ਵੀ ਪਤਾ ਇਹ ਕੌਣ ਆ ਕੌਣ ਉਹ ਕੌਣ
ਸਾਨੂੰ ਅਸੀਂ ਪਹਿਲੀ ਵਾਰ ਦੇਖੇ ਬੰਦੇ ਕੀ ਅਤੇ ਬੰਦੇ ਕੀ ਬੰਦੇ ਦੀ ਲੇਡੀ ਕੀ ਉਹਦੀ ਉਹਨਾਂ ਦੀ ਮਾਂ ਕੀ ਅਸੀਂ ਪਹਿਲੀ ਵਾਰ ਦੇਖੇ ਹੁਣ ਤੱਕ ਕੀ ਰਿਲੇਸ਼ਨ ਸੀ ਔਰ ਇਹ ਕਿਸ ਤਰ੍ਹਾਂ ਸਾਰਾ ਘਟਨਾਕ੍ਰਮ ਵਾਪਰਿਆ ਔਰ ਪੁਲਿਸ ਦੀ ਕਾਰਵਾਈ ਕਿਹੋ ਜਿਹੀ ਰਹੀ? ਮੇਰਾ ਨਾਮ ਤਜਿੰਦਰਪਾਲ ਸਿੰਘ, ਵਾਸੀ ਸੁਲਤਾਨਪੁਰ ਬੱਤੀ ਚੌਂਕ ਚਿੜੀ ਚਰਨ 'ਚ ਅੱਜ ਤੋਂ ਮਤਲਬ 28-29 ਦੀ ਦਰਮਿਆਨੀ ਰਾਤ ਕਤਲ ਹੋਇਆ ਸੁਲਤਾਨਪੁਰ ਚੌਂਕ ਚਿੜੀ ਦੇ ਵਿੱਚ। ਚਰਨਜੀਤ ਸਿੰਘ ਦਾ, ਮੈਂ ਚਰਨ ਸਿੰਘ ਦਾ ਛੋਟਾ ਭਰਾ ਜੀ। ਅਤੇ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਔਰ ਹੁਣ ਤੱਕ ਜਿਹੜੀ ਪੁਲਿਸ ਨੇ ਜੇ ਚਾਹੇ ਜਿਹੜੇ ਮੁਲਜ਼ਮ ਨੇ ਜਿਹੜੇ ਆਰੋਪੀ ਨੇ ਉਹ ਫੜ ਲਏ ਨੇ, ਅਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਜਿਹੜਾ ਕਾਰਵਾਈ ਹੋਈ ਹੈ, ਚਾਹੇ ਪੁਲਿਸ ਦੀ ਗੱਲ ਕਰ ਲਈਏ ਜਾਂ ਜਿਹਨਾਂ ਲੋਕਾਂ ਨੇ ਮਾਰਿਆ ਹੈ ਉਹਨਾਂ ਨੇ ਪਹਿਲਾਂ ਵਿਸ਼ਵਾਸ ਬਣਾਇਆ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਪੁਲਿਸ ਦੀ ਕਾਰਗਰੀ ਤਾਂ ਬਹੁਤ ਹੀ ਵਧੀਆ ਰਹੀ ਹੈ, ਅਸੀਂ ਅਕਸਰ ਕਹਿੰਦੇ ਹਾਂ ਪੰਜਾਬ ਪੁਲਿਸ ਕਰਦੀ ਕੁਛ ਨਹੀਂ, ਲੇਕਿਨ ਬਟ ਹੁਣ ਸਾਡੇ ਸਿਰ 'ਤੇ ਪਈ, ਅਸੀਂ ਕਹਾਂਗੇ ਪੰਜਾਬ ਪੁਲਿਸ ਜੋ ਕਰਦੀ ਹੈ ਨਾ, ਇਸ ਤੋਂ ਵੱਧ ਬੰਦਾ ਕਰ ਵੀ ਨਹੀਂ ਸਕਦਾ, ਸੱਚਾਈ ਦੀ ਗੱਲ। ਤੁਹਾਡੇ